ਤੁਸੀਂ ਸਨਗਲਾਸਸ ਨੂੰ ਬਾਏ ਕਰਨਾ ਹੋਵੇ ਕੀ ਸੋਚ ਕੇ ਬਾਏ ਕਰਦੇ ਹੋ? ਤੁਹਾਡੇ ਵਿੱਚ ਬਹੁਤ ਸਾਰੇ ਐਸੇ ਹੋਣਗੇ ਜਿਹੜੇ ਸਿਰਫ ਕਲਰ ਡਿਜ਼ਾਈਨ ਸਟਾਈਲ ਦੇਖ ਕੇ ਬਸ ਬਾਏ ਕਰ ਲੈਂਦੇ ਨੇ ਵਿਦਆਊਟ ਨੋਇੰਗ ਐਨੀ ਫੀਚਰਸ। ਕੁਝ ਨੌਲੇਜ ਰੱਖਣੀ ਸ਼ੁਰੂ ਕਰ ਦਿਓ। ਜਦੋਂ ਵੀ ਸਨਲਾਈਟ ਰਿਫਲੈਕਟ ਹੋ ਕੇ ਸਰਫੇਸ ਤੋਂ ਆਪਣੀ ਆਈਜ਼ ਵਿੱਚ ਐਂਟਰ ਕਰਦੀ ਹੈ ਉਹਨੂੰ ਅਸੀਂ ਕਹਿੰਦੇ ਹਾਂ ਗਲੇਅਰ। ਰੋਡਸ ਤੇ ਡੈਸ਼ਬੋਰਡ ਇਹਨੂੰ ਅਸੀਂ ਕਹਿੰਦੇ ਹਾਂ ਗਲੇਅਰ। ਇਹ ਗਲੇਅਰ ਨਾ ਆਪਣਾ ਵਿਜ਼ਨ ਐਕਸਪੀਰੀਅੰਸ ਨੂੰ ਬਹੁਤ ਖਰਾਬ ਕਰਦੀ ਹੈ। ਸੋ ਇੱਥੇ ਪੋਲਰਾਈਜ਼ ਲੈਂਸਸ ਦਾ ਕੰਮ ਇਹ ਹੁੰਦਾ ਗਲੇਅਰ ਨੂੰ ਬਿਲਕੁਲ ਖਤਮ ਕਰਨਾ। ਡਿਫਰੈਂਸ ਨੋਟਿਸ ਕਰੋ ਇੱਥੇ, ਨੋ ਗਲੇਅਰਸ, ਨੋ ਡਿਸਟਰੈਕਸ਼ਨਸ, ਬੈਟਰ ਫੋਕਸ, ਵਿਜ਼ਨ ਕਲੈਰਿਟੀ ਮਿਲਦੀ ਹੈ। ਇਹਨਾਂ ਦਾ ਐਗਜ਼ਾਮਪਲ ਤੁਸੀਂ ਵਕੇਸ਼ਨਸ ਤੇ ਹੋ, ਟਰੈਵਲਿੰਗ ਕਰ ਰਹੇ ਹੋ, ਬੋਟਿੰਗ ਕਰ ਰਹੇ ਹੋ, ਫਿਸ਼ਿੰਗ ਕਰ ਰਹੇ ਹੋ, ਡਿਫਰੈਂਸ ਨੋਟਿਸ ਕਰ ਰਹੇ ਹੋ ਵਿਦਆਊਟ ਐਂਡ ਵਿਦ ਪੋਲਰਾਈਜ਼ ਸਨਗਲਾਸਿਸ। ਸੋ ਇੱਕ ਵਾਰੀ ਸਨਗਲਾਸਿਸ ਨੂੰ ਬਾਏ ਕਰਨ ਤੋਂ ਪਹਿਲਾਂ ਆਪਟੀਸ਼ੀਅਨਸ ਨੂੰ ਪੁੱਛ ਲਿਆ ਕਰੋ ਕਿ ਲੈਂਸਿਸ ਪੋਲਰਾਈਜ਼ ਨੇ ਜਾਂ ਨਹੀਂ। ਇਸ ਨੌਲੇਜ ਨੂੰ ਹੁਣੇ ਸੇਵ ਕਰ ਲਓ, ਤੁਹਾਡੇ ਫਿਊਚਰ ਵਿੱਚ ਕੰਮ ਜ਼ਰੂਰ ਆਉਣ ਵਾਲੀ ਆ। ਐਂਡ ਆਪਣੇ ਫਰੈਂਡਸ ਨਾਲ ਸ਼ੇਅਰ ਕਰਨਾ, ਰੀਲ ਨੂੰ ਨਾ ਭੁੱਲਿਓ। ਆਪਾਂ ਹੋਰ ਬਹੁਤ ਸਾਰੀ ਨੌਲੇਜ ਲੈ ਕੇ ਆ ਰਹੇ ਹਾਂ ਰਿਗਾਰਡਿੰਗ ਸਨਗਲਾਸਿਸ ਐਂਡ ਆਈਗਲਾਸਿਸ।